काली काली आई सी मैं टाली आंदे हेठ नी कुंड कड़े आसी मैं आवाज सुन जेठ दी आवाज सुन जेठ दी मैनु शक पैंदा मेरी नत च पुड़क के गिर गया किसी डूंगी थाई वे मेरा लौंग वाचा निगा मारदा आई वे मेरा लौंग वाचा पीछे पीछे आंदा मेरी चाल वेंदा आई पीछे पीछे आंदा मेरी चाल वेंदा आई पिचीरे वाले ढूंढ के लियाई वे मेरा लौंग वाचा। बिल्कुल दोस्तों, साडा लौंग काशी टीवी ते गुआचा है। तुसी काशी टीवी ते आ गए कि नहीं आ गए? चैनल 772 ते काशी टीवी ते प्रोग्राम शुरू है कॉम्पीटिशन विद जगदीप, और हमेशा साडे साथी भी साथ दिंदे ने। और इस प्रोग्राम साडा निका जिहा स्वागत करदे हैं, कबूल करो, स्वीकार करो जगदीप वालों। गुड इवनिंग, नमस्ते, सलाम अलैकम ते बड़ी प्यार भरी सत श्री अकाल, जय गुरुदेव ते की हाल चाल। इस प्रोग्राम साडा निका जिहा स्वागत करते हुए दसांगे तुहानू अज दा सवाल, ताकि मैं पता थोड़ियाँ लाइना नाल ही शुरू हो जाती हैं। साडा अज दा सवाल है कि पंजाब लफज़ केड़ी भाषा तो बनया, पंजाब लफज़ केड़ी भाषा तो बनया, अरबी, फारसी, हिंदी, केड़ी भाषा से बनया यह लफज़ पंजाब, मैंने तुसी दसना है। और गीत पीछे पीछे आंदा मेरी चाल देखाई वे चीरे वाले ढूंढ के लियाई वे मेरा लौंग गुआचा। लौंग मैं पता नहीं पाया सी कि नहीं पाया, लेकिन गुआच जाता है कई बार। अगे चलन तो पहला असी इंट्रोड्यूस करावे साडे वन एंड द ओनली वंडरफुल राइटर साडे हरजिंदर मल जी। की हाल चाल? बहुत वधिया जी। वाह वाह, अज तो पूरी ब्यूटी बनाई हुई है। ਉਹੀ ਗੱਲ ਹੋਈ ਹੈ ਨਾ। ਹਾਂ, ਜੇ ਪਿੰਡਾਂ 'ਚ ਜੇ ਉੱਦੇ ਫਿਰਦਾ ਰਹੇ ਬੰਦਾ ਨਾ, ਹਾਂ ਕੋਈ ਗੱਲ ਨਹੀਂ। ਜੇ ਕਿਸੇ ਨੇ ਕੱਪੜੇ ਪਾ ਵੀ ਲਿਆ, ਕਿੱਥੇ ਚੱਲਾਂ, ਕਿੱਦਾਂ ਚੱਲਾਂ, ਕਿੱਦਾਂ ਲੈ ਚੱਲੀ, ਕੱਪੜੇ ਪਾ ਰਹੇ ਬਿਨਾਂ ਕੱਪੜੇ ਦੇ। ਦੋਸਤੋ, ਸਾਡੀਆਂ ਰੂਲਸ ਐਂਡ ਰੈਗੂਲੇਸ਼ਨਸ ਹਨ ਕਿ ਜਦੋਂ ਓਪਰੇਟਰ ਇਨ ਦਾ ਕੰਟਰੋਲ ਰੂਮ ਤੁਹਾਡਾ ਫੋਨ ਲੈਣਗੇ, ਤੁਹਾਡਾ ਨਾਮ ਪੁੱਛਣਗੇ, ਤੁਹਾਡਾ ਫੋਨ ਨੰਬਰ ਪੁੱਛਣਗੇ, ਔਰ ਤੁਸੀਂ ਉਹਨਾਂ ਦੱਸਣਾ, ਫਿਰ ਉਹ ਥਰੂ ਕਾਲ ਕਰਨਗੇ। ਔਰ ਲੇਕਿਨ ਜਦੋਂ ਤੁਸੀਂ ਆਪਣੇ ਸਾਡੇ ਨਾਲ ਗੱਲ ਕਰਨੀ ਹੈ ਨਾ, ਟੈਲੀਵਿਜ਼ਨ ਦੀ ਆਵਾਜ਼ ਬਿਲਕੁਲ ਬੰਦ ਕਰਨੀ ਹੈ, ਟੈਲੀਵਿਜ਼ਨ ਦੀ ਆਵਾਜ਼ ਬੰਦ ਕਰਕੇ ਸਾਡੇ ਨਾਲ ਗੱਲ ਕਰਨੀ ਹੈ। ਮੈਂ ਹਮੇਸ਼ਾ ਤੁਹਾਨੂੰ ਕਹਿੰਦੀ ਹਾਂ ਕਿ ਅਗਲੇ ਦਿਨ ਯੂਟਿਊਬ 'ਤੇ ਪੈ ਜਾਂਦਾ ਹੈ ਪ੍ਰੋਗਰਾਮ, ਸਾਡੇ ਮੰਮੀ ਜੀ ਪਾ ਦਿੰਦੇ ਆਪਣੀ ਖੂਬਸੂਰਤੀ ਦੇ ਨਾਲ, ਅਤੇ ਤੁਸੀਂ ਉਹ ਪ੍ਰੋਗਰਾਮ ਨੂੰ ਦੇਖ ਸਕਦੇ ਹੋ ਔਰ ਸੁਣ ਸਕਦੇ ਹੋ ਆਪਣੀ ਆਵਾਜ਼ ਆਪਣੇ ਸਿਤਾਰੇ। ਤਾਂ ਫਿਰ ਕੱਲ੍ਹ ਨੂੰ ਆਉਣਗੇ ਕੰਪੀਟੀਸ਼ਨ ਜਿਹੜਾ ਹੁੰਦਾ ਸਾਡਾ। ਸੋ ਹਮੇਸ਼ਾ ਦੀ ਤਰ੍ਹਾਂ ਸਾਡੇ ਸਨੀ ਜੂਲਰਸ ਦਿੰਦੇ ਨੇ ਏਅਰਿੰਗਸ, ਸੋਨੇ ਦੇ ਏਅਰਿੰਗਸ, ਜਿਹੜਾ ਕਿ ਅੱਜ ਫਸਟ ਵੀਕ ਹੈ। ਤੁਹਾਡੀਆਂ ਪਰਚੀਆਂ ਅੱਜ ਜਾਣਗੀਆਂ, ਔਰ ਤੁਸੀਂ ਆਪਣਾ ਨੰਬਰ ਘੁਮਾਓ 0121504304, ਔਰ ਸਕਰੀਨ 'ਤੇ ਵੀ ਨੰਬਰ ਆ ਰਿਹਾ ਹੋਣਾ। ਲੇਕਿਨ ਤੁਸੀਂ ਕਿਸੇ ਮੰਦੀ ਭਾਸ਼ਾ ਦੀ ਗੱਲ ਕਰੋਗੇ ਤਾਂ ਸਾਡਾ ਇਸ 'ਚ ਕਸੂਰ ਨਹੀਂ ਹੋਏਗਾ। ਔਰ ਨਵੇਂ ਅਤੇ ਪੁਰਾਣੇ ਪ੍ਰਜੈਂਟਰ ਸਾਨੂੰ ਫੋਨ ਨਹੀਂ ਕਰ ਸਕਦੇ, ਕਿਉਂਕਿ ਲਾਈਨਾਂ ਬਹੁਤ ਹੀ ਬਿਜ਼ੀ ਹੁੰਦੀਆਂ। ਨਹੀਂ ਤਾਂ ਫਿਰ ਅਸੀਂ ਆਪਣਿਆਂ ਦੇ ਫੋਨ ਚੱਕੀ ਜਾਵਾਂਗੇ, ਸਾਰਿਆਂ ਨੇ ਕਹਿਣਾ ਫਿਰ ਤੁਸੀਂ ਆਪਣਿਆਂ ਨੂੰ ਫੋਨ 'ਤੇ ਲੈ ਆਉਂਦੇ ਹੋ। ਦੈਟਸ ਓਨਲੀ ਦਾ ਰੀਜ਼ਨ। ਨਹੀਂ ਤਾਂ ਮੈਨੂੰ ਬੜੇ ਪਿਆਰ ਹੈ ਸਾਡੇ ਨਵੇਂ ਅਤੇ ਪੁਰਾਣੇ ਪ੍ਰਜੈਂਟਰ, ਬੜੇ ਹੀ ਸਾਨੂੰ ਅੱਛੇ ਲੱਗਦੇ ਆ, ਲੇਕਿਨ ਉਹ ਫੋਨ 'ਤੇ ਨਹੀਂ ਆ ਸਕਦੇ। ਲੇਕਿਨ ਬਾਕੀ ਜਿਹੜੇ ਵੀ ਸ਼ਹਿਰ 'ਚ, ਜਿਹੜੇ ਵੀ ਕੰਟਰੀ ਦੇ ਵਿੱਚ ਤੁਸੀਂ ਕਾਂਸ਼ ਟੀ ਵੀ ਦੇਖ ਰਹੇ, ਤੁਹਾਡਾ ਸਭ ਦਾ ਸਵਾਗਤ ਕਰਾਂਗੇ। ਲਓ ਜੀ ਕੌਰ। ਹੈਲੋ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਕੌਣ ਬੋਲ ਰਹੇ? ਠੀਕ ਹੈ ਜੀ। ਕੌਣ ਬੋਲ ਰਹੇ? ਮੈਂ ਕੈਨੇਡਾ ਤੋਂ ਬੋਲ ਰਹੀ, ਸ਼ਾਂਤੀ ਮੇਰਾ ਨਾਮ ਜੀ। ਹਾਂਜੀ, ਮੇਰਾ ਨਾਮ ਸ਼ਾਂਤੀ ਆ, ਮੈਂ ਕੈਨੇਡਾ ਤੋਂ ਬੋਲ ਰਹੀ ਹਾਂ। ਅੱਛਾ ਜੀ, ਕਿਹੜੇ ਸ਼ਹਿਰ ਚੋਂ? ਕੈਨੇਡਾ ਤੋਂ। ਕੈਨੇਡਾ ਤੋਂ, ਕੈਲੀਗਰ ਤੋਂ? ਓ ਮਾਈ ਗੋਡ, ਦੈਟਸ ਫੈਂਟੈਸਟਿਕ। ਕੀ ਟਾਈਮ ਹੋਇਆ ਕੈਨੇਡਾ 'ਚ ਇਸ ਵੇਲੇ? ਦੁਪਹਿਰ ਹੋਈ ਹੋਣੀ। ਹਾਂਜੀ, ਇਟ ਇਜ਼ 1 o'clock. 1 o'clock ਤਾਂ ਤੁਸੀਂ, ਹਾਂਜੀ ਤੁਸੀਂ ਪਿੱਛੇ ਕਰ ਲਿਆ, ਹਾਲੇ ਅਸੀਂ ਸੰਡੇ ਕਰਨੇ ਆ ਪਿੱਛੇ। ਹਾਂ, ਸਾਨੂੰ ਤਾਂ 1 hour ਐਕਸਟਰਾ ਮਿਲ ਗਿਆ ਸੌਣ ਨੂੰ। ਬਿਲਕੁਲ ਬਿਲਕੁਲ। ਹਾਂਜੀ, ਕੀ ਜਵਾਬ ਲੈ ਕੇ ਆਏ? ਤੁਸੀਂ ਪੰਜਾਬ ਦਾ ਨਾਂ ਪੁੱਛਿਆ ਹੈ, ਕਿਹੜੀ ਭਾਸ਼ਾ ਤੋਂ ਬਣਿਆ ਪੰਜਾਬ? ਅਰਬੀ, ਫਾਰਸੀ, ਹਿੰਦੀ? ਮੇਰਾ ਖਿਆਲ ਇਹ ਅਰਬੀ ਤੋਂ ਬਣਿਆ। ਅਰਬੀ ਤੋਂ ਬਣਿਆ, ਓਕੇ। ਆਈ ਥਿੰਕ, ਆਈ ਐਮ ਨਾਟ ਸ਼ੋਰ, ਬਟ ਯੂ ਹੈਵ ਗਾਟ ਬਿਊਟੀਫੁਲ ਵੌਇਸ, ਕਮ ਔਨ, ਸਿੰਗ ਅਸ ਫਾਰ ਅ ਸੌਂਗ। ਮੈਂ ਇਹ ਜਿਹੜਾ ਤੁਸੀਂ ਕਹਿੰਦੇ ਪਿੱਛੇ ਪਿੱਛੇ ਆਉਂਦਾ, ਮੇਰੀ ਚਾਲ ਵੈਂਦਾ ਆਈ। ਹਾਂਜੀ, ਇਹ ਗੀਤ ਹੀ ਗਾਉਣਾ ਹੁੰਦਾ ਹੈ, ਮੈਨੂੰ ਬਹੁਤ ਪਤਾ ਨਹੀਂ ਤੁਹਾਡੇ ਰੂਲਸ ਦਾ। ਹਾਂਜੀ, ਗਾਓ, ਕੋਈ ਵੀ ਗਾ ਸਕਦੇ, ਜਿਹੜਾ ਮਰਜ਼ੀ ਗਾਓ, ਜਿਹੜਾ ਤੁਹਾਨੂੰ ਪਸੰਦ ਹੈ, ਜਿਹੜਾ ਮਰਜ਼ੀ ਗਾਓ, ਹਿੰਦੀ, ਪੰਜਾਬੀ, ਉਰਦੂ, ਜਿਹੜਾ ਮਰਜ਼ੀ, ਦੋ ਲਾਈਨਾਂ ਗਾਓ। ਹਾਂਜੀ,
ਅੱਛਾ ਜੀ, ਦੋ ਲਾਈਨਾਂ ਗਾਉਣੀਆਂ। ਹਾਂਜੀ ਹਾਂਜੀ। ਚਲੋ ਜਿੰਨਾ ਤੁਸੀਂ ਅੰਤਰਾ ਸੁਣਾ ਦਿਓ ਇੱਕ, ਅੱਜ ਪਹਿਲੀ ਵਾਰੀ ਆਏ ਹੋ। ਮੈਨੂੰ ਕਿਤੇ ਵਿੱਚ ਬਹੁਤਾ ਨਾਲ ਚਾਹੋ ਨੀ ਪਿੰਡ ਮੇਰੇ ਸਹੁਰਿਆਂ ਦਾ। ਮੈਨੂੰ ਕਿਤੇ ਵਿੱਚ ਬਹੁਤਾ ਨਾਲ ਚਾਹੋ ਨੀ ਪਿੰਡ ਮੇਰੇ ਸਹੁਰਿਆਂ ਦਾ। ਕੁੰਡ ਮੂੰਹ ਤੋਂ ਨਾ ਹਾਲੇ ਸਰ ਖਾਵੋ ਨੀ ਪਿੰਡ ਮੇਰੇ ਸਹੁਰਿਆਂ ਦਾ। ਮੈਨੂੰ ਕਿਤੇ ਵਿੱਚ ਬਹੁਤਾ ਨਾ ਨੀ ਚਾਹੋ ਨੀ ਪਿੰਡ ਮੇਰੇ ਸਹੁਰਿਆਂ ਦਾ। ਵਾਹ ਸ਼ਾਂਤੀ ਜੀ, ਬਿਊਟੀਫੁਲ ਵੋਇਸ ਯੂ ਹੈਵ। ਥੈਂਕ ਯੂ। ਡੂ ਕਮ ਅਗੇਨ। ਥੈਂਕ ਯੂ ਫਾਰ ਕਮਿੰਗ ਫਰੋਮ ਕੈਨੇਡਾ। ਥੈਂਕ ਯੂ, ਬਾਏ। ਥੈਂਕ ਯੂ, ਬਾਏ ਬਾਏ। ਦੈਟਸ ਨਾਈਸ, ਇਹ ਵੀ ਗਾਣਾ ਸੋਹਣਾ। ਮੈਨੂੰ ਗਿੱਧੇ ਵਿੱਚ ਬਹੁਤ ਆਨੰਦ ਚਾਓ ਨੀ ਪਿੰਡ ਮੇਰੇ ਸਹੁਰਿਆਂ ਦਾ, ਨੀ ਪਿੰਡ ਮੇਰੇ ਸਹੁਰਿਆਂ ਦਾ। ਹੈ ਨਾ, ਇਸ ਬਿਊਟੀ ਉੱਪਰ ਦਾ ਨਹੀਂ ਕਿਹਦਾ ਗਾਇਆ ਹੋਇਆ, ਜਗਮੋਹਨ ਕੌਰ ਜੀ ਨੇ। ਸਾਰੀ ਦੁਨੀਆ ਕਹਿੰਦੀ ਬੱਲੀਏ, ਹਾਏ ਹਾਏ, ਤੇ ਮੈਂ ਡਰਦਾ ਨਹੀਂ ਕਹਿੰਦਾ। ਕੀ ਨਹੀਂ ਕਹਿੰਦਾ ਡਰਦਾ? ਕਿ ਮਿੱਤਰਾਂ ਨੂੰ ਮਾਰ ਗਿਆ ਨੀ ਤੇਰਾ ਝੁਮਕਾ, ਮਿੱਤਰਾਂ ਨੂੰ ਮਾਰ ਗਿਆ ਨੀ ਤੇਰਾ ਲਹਿੰਗਾ। ਨੀ ਲਹਿੰਗਾ ਨੀ ਮੈਂ ਪਾਇਆ, ਝੁਮਕਾ ਪਾਇਆ। ਹਾਂਜੀ, ਕਾਲ ਲਈਏ ਜੀ, ਕਾਲ ਲਓ। ਹੈਲੋ ਜੀ। ਹਾਂਜੀ, ਹੈਲੋ ਜੀ, ਜੈਕਬੀਰ ਜੀ। ਧੰਨਵਾਦ ਜੀ, ਕੌਣ ਬੋਲ ਰਹੇ ਹੋ? ਹਾਂਜੀ, ਸਤਿਆ ਜੀ, ਤੁਹਾਡਾ ਸਵਾਗਤ ਕਰਦੇ ਹਾਂ ਜੀ। ਆਇਆ ਬਹੁਤ ਸੋਹਣੇ ਲੱਗ ਰਹੇ, ਅੱਜ ਮੇਰੀ ਖੈਰੀਅਤ, ਇਹ ਬਹੁਤ ਸੋਹਣੇ ਲੱਗ ਰਹੇ ਅੱਜ। ਹਾਂਜੀ, ਕੀ ਜਾਣਨਾ ਹੈ ਸਤਿਆ ਜੀ? ਮੈਂ ਤੇ ਕਹੂੰਗੀ ਵੀ ਪੰਜਾਬੀ, ਪੰਜਾਬ ਜਿਹੜਾ ਪੰਜਾਬੀ ਤੇ ਬਣਿਆ, ਪੰਜਾਬੀ ਭਾਸ਼ਾ ਤੋਂ ਬਣਿਆ, ਪੰਜਾਬੀ ਭਾਸ਼ਾ ਤੋਂ ਬਣਿਆ। ਓਕੇ, ਮੈਂ ਤਾਂ ਪੰਜਾਬੀ ਆਪਸ਼ਨ 'ਚ ਦਿੱਤੀਆਂ ਹੀ ਨਹੀਂ, ਅਰਬੀ ਭਾਸ਼ਾ, ਫਾਰਸੀ ਜਾਂ ਹਿੰਦੀ ਜਾਂ, ਚਲੋ ਦੈਟਸ ਗੁੱਡ ਗੈਸ, ਗੁੱਡ ਗੈਸ। ਮੈਨੂੰ ਤਾਂ ਇੱਦਾਂ ਸ਼ੱਕ ਪੈਂਦਾ। ਚਲੋ ਸ਼ੱਕ ਕਲੀਅਰ ਕਰ ਲੈਣਾ ਚਾਹੀਦਾ, ਸ਼ੱਕ ਅੱਜ ਕੱਲ੍ਹ ਬਹੁਤ ਲੋਕਾਂ ਨੂੰ ਪੈਂਦਾ। ਹਾਂਜੀ, ਵਧੀਆ ਗੱਲ ਹੈ। ਕੀ ਗੀਤ ਲੈ ਕੇ ਆਏ, ਕਿਹੜਾ ਗੀਤ? ਗਾਣਾ ਜੁਲਦੀ ਪਾਉਣਾ ਪੈਣਾ। ਅੰਤਰ ਸਰੀਆ ਮੁੰਡਿਆ ਵੇਖ ਕੀਆਂ ਕਲੀਆਂ ਨਾ ਤੋੜ, ਅੰਦਰ ਸਰੀਆ ਮੁੰਡਿਆ ਵੇਖ ਕੀਆਂ ਕਲੀਆਂ ਨਾ ਤੋੜ, ਤੇਰੀ ਮਾਂ ਨੇ ਬੋਲੇ ਵੇ ਸਾਨੂੰ ਮੰਦਰੇ ਬੋਲ, ਤੇਰੀ ਮਾਂ ਨੇ ਬੋਲੇ ਵੇ ਸਾਨੂੰ ਮੰਦਰੇ ਬੋਲ, ਸਰੀਆ ਮੁੰਡਿਆ ਵੇਖ ਕੀਆਂ ਕਲੀਆਂ ਨਾ ਤੋੜੇ, ਅੰਦਰ ਸਰੀਆ। ਕਿਆ ਬਾਤ ਹੈ, ਅੰਮ੍ਰਿਤਸਰ ਵਾਲੇ ਸਾਰੇ ਰੁੱਸ ਜਾਣਗੇ। ਜੈ ਗੁਰਦੇਵ ਜੀ, ਬਹੁਤ ਸ਼ੁਕਰੀਆ। ਕਿਸੇ ਦੇ ਪੈਰ ਤੇ ਬਣੇ, ਕਿਸੇ ਦੇ ਨਾਂ ਤੇ। ਬਿਲਕੁਲ, ਪਤਾ ਕਿ ਇਹ ਜਿਹੜਾ ਗੀਤ ਸੰਗੀਤ ਹੈ ਨਾ, ਇਹ ਸਭ ਨੂੰ ਖੁਸ਼ ਕਰਨ ਲਈ ਬਣਿਆ। ਹੁਣ ਸਾਡੇ ਚੰਡੀਗੜ੍ਹ ਦੇ ਨਾਮ ਤੇ ਕਿੰਨੇ ਗੀਤ ਬਣੇ ਆ, ਮੈਂ ਤਾਂ ਗੁੱਸਾ ਹੀ ਨਹੀਂ ਕਰਦੀ। ਇਹ ਸਾਡੇ ਬੰਗਿਆਂ ਤੋਂ ਨਾ, ਰਾਮ ਸਟਾਰ ਜਸਸ਼ੀਲਾ ਜਿਨ੍ਹਾਂ ਨੇ ਲਿਖਿਆ ਗਾਣਾ। ਅੱਛਾ, ਅੰਮ੍ਰਿਤਸਰੀਆ ਮੁੰਡਿਆ ਵੀ ਕੱਚੀਆਂ ਕਲੀਆਂ, ਕੱਚੀਆਂ ਕਲੀਆਂ ਨਾ ਤੇ ਕਸੋਹ ਰੋਡ ਉੱਤੇ ਘੁੰਮਦਾ ਫਿਰੇ ਕੰਨਾਂ ਵਿੱਚ ਮੁੰਦਰਾਂ ਪਾ ਕੇ, ਸਰਦਾਰਾ ਸਿੰਘ ਦਾ। ਹਾਂ, ਉਹ ਵੀ ਉਹਨੇ ਕਿੰਨੇ ਲਿਖਿਆ? ਇਹ ਰਾਮ ਸ਼ਰਨ ਜਸਸ਼ੀਲਾ ਬੰਗਿਆ ਤੋਂ। ਅੱਛਾ, ਆਲਰਾਈਟ, ਮੇਰਾ ਕਾਫੀ ਨਜ਼ਦੀਕ ਹੈ, ਯਾਨੀ ਫਰੈਂਡ ਵੀ ਜਿਹਦਾ, ਤੇ ਹੈ ਤਾਂ ਉਮਰ 'ਚ ਜ਼ਿਆਦਾ ਹੋ, ਤੇ ਕਮੀ ਮੈਂ ਫਿਰਦਾ, ਮੇਰੇ ਜਿਹੜੀ ਉਮਰ 'ਚ ਜ਼ਿਆਦਾ ਉਹ ਫਰੈਂਡ ਨਹੀਂ ਹੁੰਦੇ? ਨਹੀਂ, ਵੈਸੇ ਮੈਂ ਗੱਲ ਕਰਦਾ ਵੀ ਯਾਨੀ ਮੇਰੀ ਜ਼ਿਆਦਾ ਕਾਲ ਬਜ਼ੁਰਗਾਂ ਨਾਲ ਰਹੀ ਯਾਰੀ। ਹੈਲੋ ਜੀ, ਹੈਲੋ ਜੀ, ਹੈਲੋ ਜੀ, ਹਾਂਜੀ, ਕੌਣ ਬੋਲਦੇ ਜੀ, ਕਿੱਥੋਂ? ਹਾਂਜੀ, ਮੈਂ ਲਖਵਿੰਦਰ ਕੌਰ ਬੋਲਦੀ ਹੈਗੀ ਹਾਂ ਜੀ, ਆਪਣੇ ਲਡਲੋ ਤੋਂ। ਹਾਂਜੀ, ਜਸਵਿੰਦਰ ਕੌਰ ਜੀ ਕਿਹੜੇ ਸ਼ਹਿਰ ਚੋਂ? ਹਾਂਜੀ, ਲਡਲੋ ਲਡਲੋ ਤੋਂ। ਓਕੇ, ਹਾਂਜੀ, ਤੁਹਾਡਾ ਸਵਾਗਤ ਕਰਦੇ ਹਾਂ ਜਸਵਿੰਦਰ ਜੀ, ਜੀ ਆਇਆਂ ਨੂੰ, ਜੀ ਆਇਆਂ ਨੂੰ, ਜੀ ਜੀ ਆਇਆਂ ਨੂੰ। ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਕੀ ਜਵਾਬ ਲੈ ਕੇ ਆਏ?
ਹਾਂਜੀ ਅਸੀਂ ਹੈ ਨਾ ਜਿਹੜਾ ਤੁਹਾਡਾ ਪ੍ਰੋਗਰਾਮ ਦਾ ਬਹੁਤ ਵਧੀਆ ਅੱਜ ਭਾਜੀ ਮਾਲ ਜੀ ਉਹ ਵੀ ਇੰਨੇ ਮੇਰਾ ਖਿਆਲ ਦੁਸਹਿਰਾ ਦੇਖ ਕੇ ਆਏ ਲੱਗਦੇ ਤਾਂ ਤੁਸੀਂ ਤਾਂ दुनिया जीन नहीं दिंदी है पर जी आज वट कटे पे है ना ने अपनी मां बोली आ जी हां जी अच्छा। मेरा ख्याल था मेन ऐसा ही लगता भी पंज दरियावां दी अपनी चलो गुड गैस फिर दसांगे की जवाब है मेनू हुण कोई आउंदा नहीं मैं गीत सोच के आया करो सारे जने हां जी गीत ने लाइना दो के सोच पंजाबी नो ही गुनगुना देंदे बोली पालो जी हां जी बोली पाने हां जी हां जी लम्मी होवा ता बोली पा माल लकार के लम्मी होवा ता बोली पा माल लकार के गिद्दे विच आ जा सजना सगन बचार के दोस्तों साडा अज दा सवाल है कि पंजाब लफज केड़ी भाषा चो लिता गया यह अरबी फारसी हिंदी पंजाबी किदे चो लिता गया है लफज और असी अज गाना पूछ रहे हैं थोनू पीछे पीछे आंदा मेरी पैर वी ना आई वे चीरे वाले ढूंढ के लिया भी मेरा लौंग गुआचा यह तुसी गीत सुना सकते हो जो अपनी मर्जी दा पंजाबी दा हिंदी दा उर्दू दा कोई भी गीत दिया दो लाइना सुना सकते हो साड़ा नंबर 01215024304 और सनी ज्वेलर्स दे रहे ने सोने दे एयररिंग्स जेड़ा क्या दी फर्स्ट वीक है सब दिया पर्चियां जान गया कॉल लो जी हेलो जी हेलो जी जय गुरुदेव हेलो जी जय गुरुदेव जी सुनियो की हाल चाल हाँ जी हेलो हाँ जी आवाज नहीं आ रही अने आ रही आ रही आ रही सानू तो आ रही है थोड़ी हाँ जी हाँ जी हाँ जी चलता भी चला हाँ जी हाँ जी मेरा जवाब है फारसी फारसी हाँ जी तो गीत केड़ा लेके आए रजिंदर जी गीत मैं लेके आई हां हाँ जी हाँ जी नक विच नकली ते मेरे तन उते कगरी मेरी कन्नी पाओ डंडियां ओ बुल्ले शाह मैं याद मनाना चाहे लोग करन पे पंडियां अरे लोका दी पंडियां दी बड़ी गल आ रही हां जी हां जी क्यों का मेरी चाल बैंदा आई पिछड़ पिछे आना मेरी चाल बैंदा आई जीर वाले देखदा आई मेरे मेरा नाम गवाचा निगा मरदा आई वे मेरा नाम गवाचा क्या बात है क्या बात है किसी डूंगी थाई वे बहुत शुक्रिया जी थैंक यू रजिंदर जी थैंक यू ऐसे साडे रजिंदर जी
ਬਹੁਤ ਸੋਹਣਾ ਗਾਉਂਦੇ ਆ, ਬੜੀ ਸੋਹਣੀ ਆਵਾਜ਼ ਹੈ। ਹੋਰ ਜੀ ਕੀ ਹਾਲ ਚਾਲ? ਮੈਂ ਬਹੁਤ ਵਧੀਆ ਜੀ। ਅੱਜ ਮਤਲਬ ਕਿ ਪੂਰਾ ਟਾਈਮ ਲਾਤਾ ਤਿਆਰ ਹੋਣ ਨੂੰ? ਹਾਂਜੀ ਹਾਂਜੀ, ਮੈਂ ਜਦੋਂ ਨਹਾਉਣ ਲੱਗਾ ਨਾਈਲੋਨ ਦਾ ਛਾਪਾ ਲੈ ਕੇ ਨਹਾਉਂਦਾ ਸੀ। ਅੱਛਾ, ਕੀ ਸਿਰ ਤੇ ਕੀ ਪਾਇਆ ਸੀ? ਨਾਈਲੋਨ ਛਾਪਾ ਨਹੀਂ ਹੁੰਦਾ, ਕੈਰੀ ਬੈਗ। ਕੈਰੀ ਬੈਗ? ਅੱਛਾ, ਮੈਨੂੰ ਘਰ ਦੇ ਕਹ ਲਏ ਇੱਦਾਂ ਕਹਿੰਦੇ ਨਹਾਉਣਾ। ਮੈਂ ਕਿਹਾ ਮੈਂ ਕਾਂਚੀ ਦੀ ਵੀ ਜਾਣਾ, ਮੇਰਾ ਦਿਮਾਗ ਨਾਲ ਗਿੱਲਾ ਹੋ ਜਾਵੇ। लाल जोड़ा मैं सारे जोड़े पसंद आंदे। माशाल्लाह अच्छे लग रहे हो तो ठीक है। और सवाल का जवाब मैं नहीं पता। थानू नहीं पता? अच्छा, अच्छा चलो कोई ना, गीत सुना दो। ठीक है। दिल दिया गल्ला करांगे नाल नाल बैके, अख नाल अख नु मिला के, दिल दिया गल्ला करांगे रोज रोज बैके, सच्चिया मोहब्बत निभा के। इतना काफी? ब्यूटीफुल कम ऑन। ਸਾਡੇ ਸਾਥੀਆਂ ਜੀ, ਅੱਜ ਮਤਲਬ ਸਾਰੇ ਬਿਊਟੀਫੁਲ ਵੋਇਸਿਸ ਆ ਰਹੀਆਂ ਹੈ ਨਾ? ਹਾਂਜੀ, ਮੇਰੇ ਵਾਂਗ ਗਰਾਰੇ ਕਰਕੇ ਆਏ ਹੋ। ਗਰਾਰੇ ਕਰਕੇ? ਤੁਸੀਂ ਵੀ ਗਰਾਰੇ ਕਰਕੇ ਆਏ ਹੋ? ਮੈਂ ਤਾਂ ਹੁਣ ਕਰਦਾ ਹੀ ਰਹਿੰਦਾ। ਅੱਛਾ, ਕੀ ਪਤਾ ਕਦੋਂ ਸੁਣ ਲਾ ਮੇਰਾ। ਅੱਛਾ, ਸਿੰਗਰ ਬਣਨ ਨੂੰ ਹੈ? ਆਹ ਕੀ ਪਤਾ ਹੁੰਦਾ, ਵਾਈ ਨਾਟ ਵਾਈ ਨਾਟ, ਰੱਬ ਦਾ ਕੁਛ ਪਤਾ ਥੋੜੀ ਨਾ ਵੀ ਕਦੋਂ ਯੈਸ ਕਰਦੇ। ਇਦਾਂ ਹੀ ਆ ਬੰਦਾ ਤੁਰਿਆ ਤੁਰਿਆ ਪਤਾ ਨਹੀਂ ਕਿੱਥੇ ਪਹੁੰਚ ਜਾਂਦਾ। ਕਿਹੜੀ ਪ੍ਰੈਕਟਿਸ ਕੀਤੀ? ਕਿਹੜਾ ਗੀਤ ਗੁਣਗੁਣਾਇਆ ਤੁਸੀਂ? ਮੈਂ ਮਾਣਕ ਦਾ ਗਾਣਾ। ਕਿਹੜਾ? ਅੱਛਾ, ਇਹ ਗਾਣਾ? ਨਹੀਂ, ਇਹ ਪਰਮਿਸ਼ਨ ਨਹੀਂ ਲੈਣੀ ਪੈਂਦੀ ਜੇ ਤੁਸੀਂ ਕਿਸੇ ਦਾ ਗੀਤ ਗਾਣਾ ਹੋਵੇ? ਨਹੀਂ, ਆਪਣੇ ਘਰ 'ਚ ਦਾ ਗਾ। ਹੈਲੋ ਜੀ। ਸਵਾਗਤ ਕਰਦੇ ਜੀ। ਥੈਂਕ ਯੂ ਜੀ। ਹਾਂਜੀ, ਫਾਰਸੀ ਆ ਜੀ ਮੇਰੇ ਹਿਸਾਬ ਨਾਲ। ਫਾਰਸੀ? ਹਾਂਜੀ, ਫਾਰਸੀ। ਹਾਂਜੀ, ਤੇ ਗੀਤ ਕਿਹੜਾ ਲੈ ਕੇ ਆਏ ਹੋ? ਗੀਤ ਤੁਸੀਂ ਸੁਣਾ ਦਿਓ। ਹਾਂਜੀ ਤੁਹਾਡਾ ਦਿਲ ਤਾਂ ਬਹਿਲਾਣਾ ਹੀ ਹੈ ਨਾ ਕਿ ਗੀਤ ਸੰਗੀਤ ਸਾਰਾ ਕੁਛ ਪ੍ਰੋਗਰਾਮ 'ਚ ਹੋਣਾ ਚਾਹੀਦਾ, ਔਰ ਇਸੇ ਕਰਕੇ ਤੁਸੀਂ ਵੀ ਸ਼ਰਮਾਇਆ ਨਾ ਕਰੋ, ਆਪਣਾ ਗੀਤ ਯਾਦ ਕਰਕੇ ਨਾ ਉਹਦੀਆਂ ਦੋ ਲਾਈਨਾਂ ਸੁਣਾ ਹੀ ਦਿਆ ਕਰੋ। ਮਤਲਬ ਕਈ ਵਾਰੀ ਦਿਲ 'ਚ ਜੋ ਹੁੰਦਾ ਨਾ ਉਹ ਸੁਣਾ ਦੇਣਾ ਚਾਹੀਦਾ। ਕਈ ਵਾਰ ਸਵੇਰੇ ਆਪਾਂ ਉੱਠਦੇ ਹਾਂ, ਕੋਈ ਗੀਤ ਆਪਣੇ ਨਾ ਹੁੰਦਾ ਮੂੰਹ 'ਤੇ ਆਇਆ ਹੁੰਦਾ। ਐਤਕੀ ਮੈਂ ਰੇਡੀਓ 'ਤੇ ਵੀ ਸੁਣਾਇਆ, ਰਜਿੰਦਰ ਜੀ ਸੁਣ ਰਹੇ ਹੋਣੇ, ਕਿ ਗੀਤ ਮੈਂ ਕਿਹਾ ਵੀ ਦੇਖੋ ਬਾਕੀ ਗੀਤ ਤਾਂ ਮੈਂ ਸੁਣਾ ਤਾ, ਇੱਕ ਜੋ ਮੇਰੇ ਦਿਲ 'ਚ ਸੀ ਨਾ ਅੱਜ ਮੈਂ ਕਿਹਾ ਉਹ ਮੈਂ ਸੁਣਾਉਣਾ ਗੀਤ, ਅਤੇ ਰਜਿੰਦਰ ਜੀ ਨੂੰ ਬਹੁਤ ਪਸੰਦ ਆਇਆ, ਇਹਨਾਂ ਦਾ ਫੋਨ ਆਇਆ ਫਿਰ। ਸੋ ਮੈਂ ਇਹ ਮੇਰਾ ਦੱਸਣ ਦਾ ਮਕਸਦ ਇਹ ਹੈ ਕਿ ਜੇ ਤੁਹਾਡੇ ਦਿਲ 'ਚ ਕੋਈ ਗੀਤ ਆਉਂਦਾ ਨਾ ਉਹਦੀਆਂ ਲਾਈਨਾਂ ਗੁਣਗੁਣਾ ਹੀ ਦਿਓ, ਤਾਂ ਕਿ ਜਦੋਂ ਤੁਸੀਂ ਫੋਨ ਕਰਦੇ ਹੋ ਨਾ ਇਹ ਨਾ ਯਾਰ ਕਿਹਾ ਕਰੋ ਜੀ ਗੀਤ ਨਹੀਂ ਆਉਂਦਾ। ਕਈ ਵਾਰੀ ਨਹੀਂ ਵੀ ਆਉਂਦਾ ਹੁੰਦਾ ਮੇਰੇ ਵਰਗੀ, ਮੇਰੀ ਕਮਲੀ ਯਾਰ ਦੀ ਕਮਲੀ, ਕਮਲੀ ਯਾਰ ਦੀ ਕਮਲੀ। ਅੱਛਾ, ਕਮਲੀ ਯਾਰ ਦੀ? ਹਾਂ, ਤੇ ਕਮਲੀ ਕਮਲੀ ਕਾਲ ਲਓ, ਕਮਲੀ ਕਮਲੀ ਤਾਂ ਹੋਰ। ਅੱਛਾ, ਹੈਲੋ ਜੀ। ਹੈਲੋ,
ਹਾਂ ਜੀ ਭੈਣ ਜੀ ਐਂਡ ਹਰਜਿੰਦਰ ਸਾਹਿਬ ਜੀ। ਹਾਂ ਜੀ ਸਾਹਿਬ ਜੀ, ਮੈਂ ਰਾਜਕੁਮਾਰ ਬੋਲਦਾ ਜੀ ਸੋਸਾਲ ਤੋਂ। ਤੁਹਾਡਾ ਸਵਾਗਤ ਕਰਦੇ ਹਾਂ ਰਾਜਕੁਮਾਰ ਜੀ। ਜੀ ਆਏ ਬੜੇ ਸੋਹਣੇ ਲੱਗਦੇ ਆ ਅੱਜ, ਮੈਨੂੰ ਲੱਗਦਾ ਚਿੜੇ ਖਾ ਕੇ ਆਏ ਲੱਗਦੇ ਆ ਅੱਜ ਇਹ। ਹਾਂ ਜੀ ਕੀ ਖਾ ਰਹੇ ਆ? ਚਿੜੇ ਚਿੜੇ ਚਿੜੇ। ਹਾਂ ਜੀ ਉਹ ਕਿਉਂ? ਜਾਂ ਫਿਰ ਖਾਣ ਦਾ ਪਾਣੀ ਪੀਤਾ ਹੋਣਾ ਅੱਜ, ਕਹਿੰਦੇ ਜੋ ਬੱਚੇ ਨੂੰ ਬੋਲਣ ਨਾ ਆਵੇ ਨਾ ਖਾਣ ਦਾ ਪਾਣੀ ਪਿਲਾ ਦੋ, ਕਹਿੰਦੇ ਬਹੁਤ ਬੋਲਦਾ ਬੋਲਦਾ ਕਾਕਾ ਤੂੰ ਬੋਲਦਾ ਨੀ ਹੈ, ਤੂੰ ਏਦਾਂ ਕਰਦਾ ਅੱਜ, ਮੈਨੂੰ ਲੱਗਦਾ ਸਹੀ ਗੱਲ ਸਾਰੇ ਕਹਿੰਦੇ ਸੀ ਬੋਲਦਾ ਨੀ। ਹਾਂਜੀ ਅੱਜ ਹਾਂਜੀ ਹੋਰ ਭੈਣ ਜੀ ਇੱਦਾਂ ਆ ਕਿ ਹੁਣ ਮੇਦਰ ਕਿਹਾ ਮੈਂ ਬਣ ਨੀ ਸਕਦਾ, ਮੇਰੀ ਨੱਸ ਡੇ ਕੇ ਭਾਈ ਮੂੰਹ ਇੱਧਰ ਨੂੰ ਹੁੰਦਾ ਆ, ਉਂਗਲੀ ਹੋਰ ਬਾਥਨ ਹੁੰਦੀ ਉਹਦੀ, ਮੂੰਹ ਪੁੱਠੇ ਬਾਥਨ ਹੁੰਦਾ, ਦੱਸ ਕੇ ਚੱਕ ਲੂਗਾ। ਹੈਗਾ ਉਹ ਹੈਗਾ ਜੀ ਫਾਰਸੀ ਦਾ, ਫਾਰਸੀ ਦਾ ਪੰਜ ਆਬ, ਪੰਜ ਆਬਾਂ ਤੋਂ ਬਣਿਆ ਏ। ਆਬ ਦਾ ਮੀਨ ਹੁੰਦਾ ਪਾਣੀ ਦਰਿਆ ਤੇ ਪੰਜ ਦਰਿਆ, ਸਤਲੁਜ ਬਿਆਸ ਰਾਵੀ ਚਨਾਬ ਤੇ ਜੇਹਲਮ। ਪੰਜ ਦਰਿਆ ਨੌ ਦੱਸਿਆ, ਆਮ ਮੀਨ ਹੁੰਦਾ ਆ ਪਾਣੀ, ਫਾਰਸੀ ਦਾ ਲਫ਼ਜ਼ ਹੈ ਜੀ, ਫਾਰਸੀ ਦਾ ਲਫ਼ਜ਼ ਹੈ। ਚਲੋ ਥੈਂਕ ਯੂ ਤੁਹਾਡਾ ਜੀ, ਬਹੁਤ ਵਧੀਆ ਮਿਹਰਬਾਨੀ ਤੁਹਾਡਾ ਜੀ ਟਾਈਮ ਦੇਣ ਦਾ। ਥੈਂਕ ਯੂ ਸ਼ੁਕਰੀਆ। ਮੈਂ ਫੋਨ ਕਿਉਂ ਘੁਮਾਇਆ ਹੁਣ ਆਪਣੇ ਮੋਬਾਈਲ ਫੋਨ ਤੋਂ, ਉਹ ਤਾਂ ਲੱਗਦਾ ਨਹੀਂ ਹੈ। ਹਾਂਜੀ ਫਿਰ ਮੈਂ ਘਰ ਦੇ ਫੋਨ ਤੋਂ ਕੀਤਾ ਤਾਂ ਫੇਰ ਲੱਗ ਗਿਆ। ਥੈਂਕ ਯੂ ਜੀ, ਚੱਕਦੇ ਫੱਟੇ ਆਪਾਂ ਕੋਈ ਗੱਲ ਨਹੀਂ, ਚੱਕਦੇ ਰਹੋਂਟੇ ਜੀ ਭਾਜੀ। ਥੈਂਕ ਯੂ ਜੀ, ਥੈਂਕ ਯੂ, ਸ਼ੁਕਰੀਆ ਬਹੁਤ ਬਧਾਈਆਂ, ਸ਼ੁਕਰੀਆ, ਥੈਂਕ ਯੂ, ਬਧਾਈਆਂ ਤੁਹਾਨੂੰ ਸੂਟ ਪਾ। ਕੱਪੜੇ ਵਧੀਆ ਵਿਆਹ ਚੱਲਿਆ ਪਿੰਡਾਂ ਚ ਵਿਆਹ ਵੇਲੇ ਤਿਆਰ ਹੁੰਦੇ? ਨਹੀਂ ਨਹੀਂ ਉਦਾਂ ਵੈਸੇ ਪਾ ਕੇ ਕੀ ਫਨ ਆ। ਜ਼ਿੰਦਗੀ ਏਦਾਂ ਦੀ ਬਣਾ ਲਈ ਆ ਹੁਣ, ਰੋਜ਼ ਵਿਆਹ ਦੋਜੇ ਮੁਕਲਾਵਾ, ਰੋਜ਼ ਵਿਆਹ ਰੋਜ਼ ਮੁਕਲਾਵਾ। ਉਹ ਕਈ ਕਈ ਕਹਾਵਤ ਕਹਿੰਦੇ ਤੋੜਦੀਆਂ ਤੇਰਾ ਮੁਕਲਾਵਾ, ਕਈ ਕਹਿ ਦਿੰਦੇ ਨਾ, ਹੁਣ ਮੈਂ ਵੀ ਤੁਹਾਨੂੰ ਕਹਿੰਦੀ ਹਾਂ ਤੋੜਦੀਆਂ ਤੇਰਾ ਮੁਕਲਾਵਾ, ਹਰ ਜ ਮੁਕਲਾਵਾ ਕਿਹੜਾ ਹੁੰਦਾ, ਹਰ ਘਰ ਤੁਹਾਡੇ ਰੋਜ਼ ਤੁਸੀਂ ਦੋਸਤ ਮਿੱਤਰ ਤੁਹਾਡੇ ਖੁਸ਼ ਆ, ਤੁਸੀਂ ਖੁਸ਼ ਆ, ਸਾਰੇ ਮੁਕਲਾਵਾ ਹੀ ਆ, ਮੁਕਲਾਵਾ। ਦੈਟਸ ਨਾਈਸ। ਲਓ ਦੋਸਤੋ ਮੈਂ ਤੁਹਾਨੂੰ ਦੱਸਾਂਗੀ ਕਿ ਸਾਡਾ ਅੱਜ ਦਾ ਸਵਾਲ ਜੋ ਹੈ ਕਿ ਅਸੀਂ ਪੁੱਛਦੇ ਹਾਂ ਕੌਣ ਲਓ ਜੀ। ਹੈਲੋ ਜੀ, ਹੈਲੋ ਜੀ, ਜਲਦੀ ਜਲਦੀ ਜਵਾਬ ਦੇ ਦੋ, ਬ੍ਰੇਕ ਵੱਲ ਜਾਣਾ। ਮੈਂ ਜਵਾਬ ਨੀ ਪਤਾ ਹੈਗਾ, ਮੈਂ ਤੁਹਾਨੂੰ ਗਾਣਾ ਸੁਣਾ ਦੇਣਾ। ਸੁਣਾਓ ਜੀ, ਸੁਣਾਓ ਜੀ। ਹਾਂਜੀ ਹਾਂਜੀ ਹਾਂਜੀ, ਤੇਰੇ ਪਿਆਰ ਮੇਂ ਦੀਦਾਰ ਜੋ ਹੈ ਮੇਰਾ ਹਾਲ ਜਾ, ਕੋਈ ਦੇਖੀਆ ਨਾ ਦੇਖੀ ਅੱਲਾ ਦੇਖ ਰਹਾ ਹੈ, ਤੇਰੇ ਪਿਆਰ ਮੇਂ ਦੀਦਾਰ ਜੋ ਹੈ ਮੇਰਾ ਹਾਲ ਜਾ, ਕੋਈ ਦੇਖੀਆ ਨਾ ਦੇਖੀ ਅੱਲਾ ਦੇਖ ਰਹਾ ਹੈ। ਕਿਆ ਬਾਤ ਹੈ ਸ੍ਰੀਹਾ ਜੀ, ਬਹੁਤ ਵਧੀਆ, ਬਹੁਤ ਸੋਹਣਾ, ਥੈਂਕ ਯੂ ਜੀ, ਥੈਂਕ ਯੂ। ਲੋ ਦੋਸਤੋ ਛੋਟੀ ਜੀ ਬ੍ਰੇਕ ਵੱਲ ਜਾ ਰਹੇ ਹਾਂ, ਤੁਸੀਂ ਦੂਰ ਨਾ ਜਾਣਾ, ਨੇੜੇ ਨੇੜੇ ਰਹਿਣਾ, ਬਿਲਕੁਲ ਕੰਸ਼ ਟੀਵੀ 'ਤੇ ਚੈਨਲ 772 'ਤੇ ਲਗਾਈ ਰੱਖਣਾ। ਅਸੀਂ ਇਸੇ ਸਵਾਲ ਨੂੰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਔਰ ਸਾਡੇ ਸਨੀ ਜੂਲਰਸ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਸੋਨੇ ਦੀ ਏਅਰਿੰਗਸ ਦੇ ਰਹੇ ਨੇ, ਪਹਿਲਾ ਹਫ਼ਤਾ, ਔਰ ਸਾਡਾ ਨੰਬਰ ਸਕਰੀਨ 'ਤੇ ਆ ਰਿਹਾ 0121504304, ਅਸੀਂ ਬਸ ਗਏ ਅਤੇ ਆਏ। ਸਟੇ ਟਿਊਨ,
बिल्कुल ही विल बी बैक सून सून सून। काली काली आई सी मैं टाली आंदे हेथनी कुंड कड्डे सी मैं आवाज सुन जेठ दी आवाज सुन जेठ दी मैनु शक पैंदा मेरी नत्थ च पुड़क के गिर गया किसी डूंगी थाई वे मेरा लौंग वाचा निगा मारदा आई वे मेरा लौंग वाचा कॉल लो जी आई वे कॉल लो जी। हेलो जी हेलो जी हेलो जी सत्रीकाल जी सत्रीकाल कौन बोल रहे हो जी ये तड़ा जरा तुसी क्वेश्चन पूछे है ना हाँ जी जाबी कुछ आई है पंजाब वर्ड केड़ी भाषा चो आया है संस्कृत तो आई है जी संस्कृत हाँ जी अच्छा जी गुड गैस ते गीत आंदा जी हाँ जी गीत की अपना नाम तो दसो सुने हो मेरा नाम सुखबीर सिंह है जी सुखबीर सिंह जी केड़े शहर च सुखबीर जी असि लंदन तो बोल रहे हैं जी अच्छा जी थोड़ा स्वागत कर दिया गीत आंदा थोनू गीत जी हाँ जी कादर हाँ जी एक दो ले लो सुनाओ जी आंदे हो जिंदगी तो बेवफा है एक दिन टुकराएगी मौत महबूबा है अपने साथ लेकर जाएगी और दोस्तों साडा अज दा सवाल है कि पंजाब वर्ड लफ्ज केड़ी भाषा चो आया अरबी फारसी पंजाबी हिंदी केड़ी भाषा चो बनया पंजाब लफ्ज और साडा अज दा गीत है पीछे पीछे आंदा मेरी चाल विंद आई वे चीरे वाले ढूंढ के लिया वे मेरा लौंग वाचा और प्राइज दे तौर ते साडे सनी ज्वेलर्स देंदे ने सोने दे एयररिंग्स और ये फोर्थ वीक असी कढ़दे आ और अज फर्स्ट वीक है थोड़ी सब दियां परचियां जे चारे वीक च असी कहने देने ना जवाब थोड़ा चारे वीक परचियां जांदियां ओहदे विच तां फिर असी फोर्थ वीक कढ़ांगे थोड़ा जवाब पर्ची और फिर तुम दसांगे कौन है विनर तो साड़ा नंबर 01215024304 और जो तुसी नंबर थोड़ा मिल जाता है कंट्रोल रूम से तो थोड़ा नाम तो थोड़ा फोन नंबर पूछते हैं और अपना ओरिजिनल नाम देना है ओरिजिनल फोन नंबर देना है ताकि जो थोड़ा प्राइज निकले असं थोड़ा कॉन्टैक्ट कर सके असी की कंट्रोल रूम से साढ़े थोड़ा कॉन्टैक्ट कर सकन तो साड़ा नंबर 01215024304 बड़े सोने हो कुड़ी बाबे तुम बड़े सोने हो कुड़ी टीरी हैगी जो कुड़ी आ गई ना अपना जोश कहती तुम बड़े सोने हो तो कुछ कोई फूक जाके कहती है जो मैं कॉलेज पढ़ती थी ना सारिया कुड़िया कहदियां सन तेरिया अखा हेमा मालवी नाल मिलदियां मुंडा कहंदा डार्लिंग आपस विच मिलदियां नहीं हेमा मालवी नाल कित्थों मिलदियां गुरबचन सिंह जी है मिंदर सिंह जी तुसी भी लंबी जाओ ना पुछिया ना दसिया अच्छा केड़ा गीत कह रहे सी तुसी हां जी सबर किसाना दे आ रहे सबर किसाना दा हां जी ओ कंचन बाबा कुड़ी लेडी इंडिया तो हाँ जी ते एदा म्यूजिक दिता है देसी हेक हाँ जी हाँ जी ते अपने लिखा लिखा मैं लिखा लिखा मैं ते
अपने देसी एक वाले ने म्यूजिक किया जिन्हें संविधान गीत बनाया से पहला अच कॉल लगा कर ले। हेलो जी। हेलो जी। हेलो जी। सत श्री अकाल जी। कौन बोल रहे हो? सत श्री अकाल जी। ऐसा लग रहा पार्टी तो आए लगदे हैं। हां जी पार्टी तो आए लगदे हैं। हां जी पार्टी जो है कहने पार्टी जो नहीं मैं पार्टी जो आए तो मुझे पाया सी सारा कुछ तो हो गया आ गया सुनाओ वीकेंड की तरह क्या कह रहे हो? वीकेंड सुनाओ जी कितना रहा वीकेंड जी जब तक उधर तैयार होए बदले ही नहीं कपड़े वीकेंड आई जाते जाई जाते हैं बस उदा नहीं गया। हां जी हां जी कौन बोल रहे हो? अपन जी सुरेंद्र कौर बोल रही है। सुरेंद्र जी थोड़ा स्वागत कर सुरेंद्र जी की जवाब लेके आए तुसी मेरे की रूप जी कहते रूप समराज जी कहते बड़े स्मार्ट लग रहे बधाई दे रहे थैंक यू शुक्रिया जी। हां जी मोमी जी भी कहते हां ठीक तो टाई बना गया मैं अच्छा मोमी ने बननी आती है टाई और इदा ही बस चार पांच हाथ लवाए हैं इधर उधर ता एक पीस बने ਪਹਿਲਾਂ ਘਰ ਕਰਾ ਅੱਛਾ ਪਹਿਲਾਂ ਘਰੋਂ ਠੀਕ ਕਰਾਇਆ ਫਿਰ ਇੱਥੇ ਆ ਕੇ ਕਰਾਇਆ ਉਹੀ ਬਨ ਪੀਸ ਬਣ ਲਈ ਤੇ ਕੁਛ ਕਰਨਾ ਪਿਆ ਦੈਟਸ ਗੁੱਡ ਚਲੋ ਐਟ ਲੀਸਟ ਵਨ ਪੀਸ ਦਾ ਬਣ ਗਏ ਹਾਂਜੀ ਮਤਲਬ ਕਿ ਰੂਪ ਸਮਰਾਜ ਜੀ ਬੜੇ ਸਮਾਰਟ ਬਣ ਕੇ ਆਉਂਦੇ ਆ ਆਪਣੇ ਪ੍ਰੋਗਰਾਮ 'ਚ ਚਾਹੀਦਾ ਇੱਦਾਂ ਹੀ ਬਣ ਕੇ ਆਉਣਾ ਹੈ ਨਾ ਪਰ ਮੈਨੂੰ ਫਿੱਟ ਤਾਂ ਨਹੀਂ ਹੋਣਾ ਵਧੀਆ ਲੱਗਦਾ ਹੈਲੋ ਜੀ ਹਾਂਜੀ ਮੈਂ ਦੀਪ ਨਾਲ ਹੋ ਜਗਦੇਵ ਜੀ ਹਾਂਜੀ कौन बोल रहे हो? मैं दिलीप नहर बोल रहा जी। दिलीप हां जी केड़े शहर केड़े शहर से हो? मैं बलवंत शहर से बोल रहा जी। बुलहमपुर तो सर स्वागत कर दिया स्वागत जी हां जी हां जी की जवाब लेके पंजाब जेड़ा आया हां जी ए हे संस्कृत भाषा तो आया पंजरियामा तो बने आया अच्छा जी क्योंकि पाई मुस्लिम
ਨਾਮ ਪਾਪਾਈਆ ਕੋ 800 ਸਾਲ ਰਾਜ ਕੀਤਾ ਆ ਫਾਰਸੀ ਤੋਂ ਆਇਆ ਇਹ ਸਾਡੀ ਭਾਸ਼ਾ ਤੋਂ ਬੜਾ ਫਰਕ ਦੇ ਪਾਦੇ ਦੀ ਭਾਰਦੀ ਪਹਿਲੀ ਲੈਂਗੁਏਜ ਆ ਅੱਛਾ ਜੀ ਹਾਂ ਜੀ ਕਮਾ ਕੋ ਤੇ ਗੀਤ ਆਂਦੇ ਤੁਹਾਨੂੰ ਆ ਗੀਤ ਮੈਂ ਸ਼ਾਇਰੀ ਤੋਂ ਬੰਦਾ ਹਾਂ ਜੀ ਜ਼ਰੂਰ ਕੁਝ ਤੋਂ ਬੋਲਦੇ ਲਾਬੂ ਛੀਰੀ ਸੇ ਕੁਝ ਤੋਂ ਬੋਲਦੇ ਲਾਬੂ ਛੀਰੀ ਸੇ ਜ਼ਹਿਰ ਖਾਣੇ ਕੀ ਇਜਾਜ਼ਤ ਹੀ ਸਹੀ ਕੀ ਬਾਤ ਹੈ ਇਸ਼ਕ ਕੀ ਛਾਗਈਆਂ ਰਾਣਾ ਰਾਈਆਂ ਇਸ਼ਕ ਕੀ ਛਾਗਈਆਂ ਰਾਣਾ ਰਾਈਆਂ ਉਸ ਤੇਰੀ ਤੋੜੀ ਹੋਈ ਤੰਗੜਾਈਆਂ ਬਸ ਇੰਨਾ ਹੈ ਲੰਬਾ ਆ ਇੰਨਾ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਬਹੁਤ ਵਧੀਆ थैंक यू जी आपने ना टेलीफोन तो थोड़ा जहा दूर होके गल करो ना मैं गल समझ नहीं कहीं आती आ रही ना क्योंकि मैं लगता बहुत नज़दीक फोन पर ना बोल रहे हैं तो प्लीज़ तुम अपने ना फोन की फोन तो थोड़ा जहा पिछे होके गल करोगे ना आवाज़ क्लीयर आएगी सानू पता लगेगा कि तुम की कहना चाह रहे हो सानू तो की जवाब लेके आए हो तुम की शेर शायरी लेके आए हो कि गीत लेके आए हो प्लीज़ ये साड़ी रिक्वेस्ट है कि अपने टेलीफोन के बिल्कुल थोड़ा जहा दूर होके ਇੰਨੀ ਵੀ ਨਹੀਂ ਦੂਰ ਕਿ ਸਾਨੂੰ ਸੁਣੇ ਵੀ ਨਾ ਮਤਲਬ ਕਿ ਮੂੰਹ ਤੋਂ ਬਿਲਕੁਲ ਮੂੰਹ ਦੇ ਕੋਲ ਨਾ ਕਰੋ ਪਿੱਛੇ ਕਰੋ ਤਾਂ ਕਿ ਸਾਨੂੰ ਪਤਾ ਲੱਗੇ ਤੁਸੀਂ ਕੀ ਕਹਿ ਰਹੇ ਹੋ ਨਹੀਂ ਤਾਂ ਆਵਾਜ਼ ਬੜੀ ਐਕੋ ਆਉਂਦੀ ਹੈ ਸਾਨੂੰ ਸਮਝ ਨਹੀਂ ਆਉਂਦਾ ਪਿਆ ਜਿਸ ਮੈਂ ਤੁਹਾਨੂੰ ਦੱਸਿਆ ਕਿ ਆਪਣੀ ਆਵਾਜ਼ ਤੁਸੀਂ ਸੁਣ ਸਕਦੇ ਹੋ ਕੱਲ੍ਹ ਨੂੰ ਇਹ ਯੂਟਿਊਬ 'ਤੇ ਪ੍ਰੋਗਰਾਮ ਪੈ ਜਾਏਗਾ ਆਫਟਰ ਆਫਟਰਨੂਨ ਫਿਰ ਤੁਸੀਂ ਉਸ 'ਚ ਆਪਣੀ ਆਵਾਜ਼ ਸੁਣ ਸਕਦੇ ਹੋ ਔਰ ਕਾਂਸ਼ੀ ਟੀ ਵੀ 'ਤੇ ਜਾਓਗੇ ਯੂਟਿਊਬ 'ਤੇ ਜਿਹੜਾ ਮਰਜ਼ੀ ਪ੍ਰੋਗਰਾਮ ਤੁਸੀਂ ਦੇਖਣਾ ਚਾਹੁੰਦੇ ਹੋ ਉਸੇ ਤੁਸੀਂ ਦੇਖ ਸਕਦੇ ਹੋ ਅਤੇ ਸਾਡਾ ਅੱਜ ਦਾ ਸਵਾਲ ਹੈ ਕਿ ਪੰਜਾਬ ਲਫਜ਼ ਕਿਹੜੀ ਭਾਸ਼ਾ ਤੋਂ ਬਣਿਆ ਫਾਰਸੀ ਅਰਬੀ ਹਿੰਦੀ ਪੰਜਾਬੀ ਕਿਹੜੀ ਭਾਸ਼ਾ ਤੋਂ ਇਹ ਲਫਜ਼ ਆਇਆ ਪੰਜਾਬ ਔਰ ਸਾਡਾ ਅੱਜ ਦਾ ਗੀਤ ਹੈ ਪਿੱਛੇ ਪਿੱਛੇ ਆਉਂਦਾ ਮੇਰੀ ਚਾਲ ਵਿੰਦਾ ਆਏਂਵੇ ਚੀਰੇ ਵਾਲਿਆ ਢੂੰਡ ਕੇ ਲਿਆਏਂਵੇ ਮੇਰਾ ਲੌਂਗ ਗਵਾਚਾ ਇਹ ਸਾਡਾ ਗੀਤ ਹੈ ਜੇ ਲੇਕਿਨ ਤੁਸੀਂ ਆਪਣੀ ਮਰਜ਼ੀ ਦਾ ਗੀਤ ਹਿੰਦੀ ਦਾ ਪੰਜਾਬੀ ਦਾ ਉਰਦੂ ਦਾ ਕੋਈ ਵੀ ਸੁਣਾ ਸਕਦੇ ਹੋ ਔਰ ਨੰਬਰ ਸਾਡਾ 01215024304 ਔਰ ਪ੍ਰਾਈਜ਼ ਦੇ ਤੌਰ 'ਤੇ ਆਲ ਦਾ ਵੇ ਫਰੋਮ ਲੈਸਟਰ ਸਨੀ ਜੂਲਰਸ ਦਿੰਦੇ ਨੇ ਸੋਨੇ ਦੇ ਏਅਰ ਰਿੰਗਸ ਬੜੇ ਹੀ ਸਾਡੇ ਵਿਨਰਸ ਬਣ ਚੁੱਕੇ ਹੈ ਲਾਸਟ ਵਿਨਰ ਸਾਡੇ ਸੀਗੇ ਇਟਲੀ ਤੋਂ ਉਸ ਤੋਂ ਪਹਿਲਾਂ ਸੀਗੇ ਜਰਮਨ ਤੋਂ ਲੇਕਿਨ ਅਸੀਂ ਤੁਹਾਡੇ ਸਾਹਮਣੇ ਪਰਚੀਆਂ ਕੱਢਦੇ ਹਾਂ ਇਹ ਨਾ ਸਮਝੋ ਕਿ ਅਸੀਂ ਦੂਰ ਦੂਰ ਦੀਆਂ ਕੱਢਦੇ ਹਾਂ ਅਤੇ ਲੇਕਿਨ ਸਭ ਦੀਆਂ ਪਰਚੀਆਂ ਪੈਂਦੀਆਂ ਉਸ ਪਰਚੀ 'ਚੋਂ ਜਿਹੜੀ ਫੋਰਥ ਵੀਕ ਨਿਕਲੇਗੀ ਤਾਂ ਹੈਲੋ ਜੀ ਹੈਲੋ ਜੀ ਹੈਲੋ ਜੀ ਜੈ ਗੁਰਦੇਵ ਜੀ ਜੈ ਗੁਰਦੇਵ ਜੀ ਜੈ ਗੁਰਦੇਵ ਕੌਣ ਬੋਲ ਰਹੇ ਹੋ ਮੈਂ ਬੀਜੀ ਬੋਲਦਾ ਜੀ ਗ੍ਰੇਟ ਬਾਤ ਤੋਂ ਤੁਹਾਡਾ ਸਵਾਗਤ ਕਰਦੇ ਹਾਂ ਜੀ ਜੀ ਆਇਆਂ ਨੂੰ ਥੈਂਕ ਯੂ ਹਾਂਜੀ ਕੀ ਜਵਾਬ ਲੈ ਕੇ ਦੱਸ ਮੇਰਿਆ ਦਿਲ ਰਾਵੇ ਤੂੰ ਕਿਹੜੇ ਅਰਸ਼ ਦਾ ਤਾਰਾ ਦਸ ਮੇਰਿਆ ਦਿਲ ਬਰਾਵੇ ਦਸ ਮੇਰਿਆ ਦਿਲ ਬਰਾਵੇ ਤੂੰ ਕਿਹੜੀ ਅਰਸ਼ ਦਾ ਤਾਰਾ ਮੈਂ ਅਜੇ ਨਾ ਦੱਸਦਾ ਨੀ ਜਦ ਤੱਕ ਸਾਡਾ ਪਿਆਰ ਕੁਵਾਰਾ ਦਸ ਮੇਰਿਆ ਦਿਲ ਬਰਾਵੇ ਥੈਂਕ ਯੂ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਇਹ ਤਾਂ ਐਸੀ ਵੀ ਦਿਲਬਰ ਨੂੰ ਮਨਾ ਕੇ ਤੜਕੇ ਉੱਠ ਚੱਕੀ ਚੋ ਲੈਂਦੀ ਦੁੱਧ ਰਿੜਕ ਕੇ ਤਾਰਾਂ ਚੋ ਲੈਂਦੀ ਮੱਥੇ ਵੱਟ ਪਾਏ ਬਿਨਾਂ ਚੰਨਾ ਮੈਂ ਸਿਰ ਤੇ ਕੂੜਾ ਟੋ ਲੈਂਦੀ ਡਿੱਗਦੀ ਟੈਂਦੀ ਫਿਰ ਉੱਠ ਪੈਂਦੀ ਥੱਕ ਟੱਕ ਥੱਕ ਟੁੱਟ ਹੋਈ ਚੂਰ ਵੇ ਨਾ ਮਾਰ ਜਾਲਮਾ ਵੇ ਪੇਕੇ ਤੱਤੜੀ ਦੇ ਦੂ ਵੀ ਆਈ ਲਾਈਕ ਜੇ ਤੁਸੀਂ ਐ ਕਰਦੇ ਹੋ ਐ ਕਰਦੇ ਇਹ ਮੈਨੂੰ ਬਹੁਤ ਪਸੰਦ ਗਾਣਾ ਨਹੀਂ ਗਾਣਾ ਤਾਂ ਬਹੁਤ ਖੂਬਸੂਰਤ ਹੈ ਪਰ ਤੁਸੀਂ ਜਦੋਂ ਇੰਜ ਕਰਦੇ ਹੋ ਉਹ ਫਿਰ ਅੰਦਰ ਤਾਰਾਂ ਵੀ ਹੈਗੀਆਂ ਬੰਦੇ ਦੀਆਂ ਹੈਲੋ ਜੀ ਹੈਲੋ ਜੀ ਹੈਲੋ ਜੀ ਕੌਣ ਬੋਲ ਰਹੇ ਮੈਂ ਦਰਸ਼ਨ ਬੋਲ ਰਹੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹਾਂਜੀ ਇੱਕ ਠਾਕ ਤੁਸੀਂ ਸੁਣਾਓ ਕੀ ਹਾਲ ਚਾਲ ਕਿਹੜੇ ਸ਼ਹਿਰ 'ਚ ਬੋਲ ਰਹੇ ਹੋ ਲੰਡਨ 'ਚੋਂ ਹੈ ਨਾ ਹਾਂਜੀ ਹਾਂਜੀ ਦਰਸ਼ਨ ਬੋਲ ਰਹੀ ਹਾਂ ਹਾਂ ਮੈਂ ਸਮਝ ਗਈ ਸਮਝ ਗਈ ਹਾਂਜੀ 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 ਕੀ ਜਵਾਬ ਲੈ ਕੇ ਆਏ ਜਵਾਬ ਹੈਗਾ ਫਾਰਸੀ ਦੇ ਵਿੱਚੋਂ ਨਿਕਲਦਾ ਪੰਜਾਬ ਫਾਰਸੀ ਲੈਂਗੁਏਜ ਹਾਂਜੀ ਫਾਰਸੀ ਲੈਂਗੁਏਜ ਹਾਂਜੀ ਹਾਂਜੀ ਗੀਤ ਕਿਹੜਾ ਲੈ ਕੇ ਆਏ ਹੋ ਜੀ ਦਰਸ਼ਨ ਜੀ ਮੈਂ ਪਹਿਲਾਂ ਹਰਜਿੰਦਰ ਜੀ ਨਾਲ ਗੱਲ ਕਰਨੀ ਆ ਹਾਂਜੀ ਕਰੋ ਸੁਣ ਰਹੇ ਹਾਂਜੀ ਜੀ ਕਹਿੰਦੇ ਨਾ ਮੈਂ ਸਿਰ ਤੇ ਬੈਗ ਪਾ ਕੇ ਨਾ ਕੇ ਆਇਆ ਹਾਂਜੀ ਕਿਉਂਕਿ
ਮੈਨੂੰ ਲੱਗਦਾ ਇਹਨਾਂ ਨੇ ਰੰਗ ਲਾਇਆ ਹੋਣਾ ਵੀ ਲਿਖ ਨਾ ਜਾਵੇ ਰੰਗ ਨੀ ਲਾਇਆ ਸੀ ਅਸਲ ਵਿੱਚ ਮੈਂ ਸਿਰ ਤੇ ਪਾਣੀ ਪਾਉਣਾ ਨੀ ਚਾਹੁੰਦਾ ਸੀ ਅੱਜ ਮੈਂ ਕਿਹਾ ਅੱਜ ਜਿਹੜੀਆਂ ਮੇਰੀਆਂ ਨਾ ਅੰਦਰ ਬੁੱਲ ਬੁੱਲੇ ਠੰਡੇ ਨਾ ਹੋ ਜਾਣ ਕਿਤੇ ਦਰਸ਼ਨ ਜੀ ਗਾਣਾ ਲੈ ਕੇ ਆਏ ਹੋ ਅੱਜ ਰਹਿਣ ਦੋ ਚਲੋ ਕੋਈ ਨੀ ਅੱਜ ਹਰਜਿੰਦਰ ਜੀ ਨਾਲ ਗੱਲ ਕਰ ਲਈ ਥੈਂਕ ਯੂ ਜੀ ਥੈਂਕ ਯੂ ਦਰਸ਼ਨ ਜੀ ਹਾਂਜੀ ਹਾਂਜੀ ਬਹੁਤ ਸ਼ੁਕਰੀਆ ਥੈਂਕ ਯੂ ਜੀ ਥੈਂਕ ਯੂ ਦੇਖ ਲਓ ਅੱਜ ਕਮਾਲ ਹੈ ਦੇਖ ਲਓ ਮੈਨੂੰ ਲੋਕਾਂ ਤੋਂ ਐਨਾ ਸੀ ਜ਼ਿੰਦਗੀ 'ਚ ਕਦੇ ਸੂਟ ਪਾਇਆ ਹੀ ਨਹੀਂ ਉਹ ਹੀ ਨਾ ਲਾਦਾ ਹੈ ਜ਼ਿੰਦਗੀ 'ਚ ਪਾਇਆ ਨਹੀਂ ਸੂਟ ਹੈ ਪਾਇਆ ਨਹੀਂ ਕਦੇ ਮੈਂ ਪਾਇਆ ਕਿਤੇ ਕਿਤੇ ਪਾਉਣਾ ਨਾ ਵਿਆਹ ਬੂਹ ਤੇ ਅੱਜ ਵਿਆਹ ਤੋਂ ਆਏ ਹੋ ਕੇ ਜਾਣਾ ਹੈ ਹੈਂ ਅੱਜ ਵਿਆਹ ਤੋਂ ਆਏ ਹੋ ਕੇ ਜਾਣਾ ਅੱਜ ਕਾਂਚੀ ਦੀ ਵੀ ਆਏ ਅੱਛਾ ਇੱਥੇ ਤਿਆਰ ਹੋ ਗਏ ਸਪੈਸ਼ਲ ਪਾ ਗਿਆ ਅੱਜ ਵਿਹਲਾ ਰਿਹਾ ਸੀ ਕੰਮ ਹੋਰ ਕੋਈ ਹੈ ਨਹੀਂ ਸੀ ਮੈਂ ਸੂਟ ਪਾਵਾਂ ਜੇ ਅੱਛਾ ਸੂਟ ਪਰ ਪਹਿਲਾਂ ਘਰੋਂ ਤਿਆਰ ਹੋਏ ਫਿਰ ਮੰਮੀ ਨੇ ਤਿਆਰ ਕੀਤਾ ਫਿਰ ਤੁਹਾਨੂੰ ਰੂਪ ਨੇ ਤਿਆਰ ਕੀਤਾ ਹੁਣ ਇੱਥੇ ਤੱਕ ਪਹੁੰਚਦੇ ਪਹੁੰਚ ਕਈਆਂ ਨੇ ਤਿਆਰ ਕਰਤਾ ਅੱਛਾ ਹਾਂ ਤਿੱਖਾ ਕਰਤਾ That's good. Chalo, matlab ki mehnat karni chahiye hai. Tayari hon che. Haan ji, haan ji. Matlab mainu eh nahi samajhde ki lokan nu matlab ki bada ajeeb lagda si jo tusi nahi tayar ho ke aunde si. Haan ji. Oh purane zamane ch da na jadon fauj ne jana hunda si te phir oh nagare hi bajde aa. Achha. Oh. Gyaara. Aaj tode ne. ਅੱਜ ਤੁਹਾਡੇ ਤੇ ਨਗਾਰੇ ਵੱਜ ਰਹੇ ਨਗਾਰੇ ਵੱਜ ਰਹੇ ਆ ਵੀ ਜਿਵੇਂ ਜ਼ਿੰਦਗੀ ਚ ਸਹੀ ਗੱਲ ਹੈ ਜ਼ਿੰਦਗੀ ਚ ਪਹਿਲੀ ਵਾਰੀ ਸੂਟ ਪਾ ਉਹੀ ਮੈਂ ਜਿੱਦਾਂ ਮਾਈਫਲ ਵਿੱਚ ਮਹਿਫਿਲ ਚ ਹਾਂ ਕੋਟ ਪੈਂਟ ਪਾ ਕੇ ਸਾਰੇ ਖੜੇ ਹੋਏ ਵਿੱਚ ਜਾ ਕੇ ਵਿਚਾਰਾ ਸਾਡੇ ਵਰਗਾ ਦੇਖੇ ਯਾਰ ਮੇਰੇ ਵਰਗੇ ਕਿੱਦਾਂ ਹੈ ਨਾ ਤੇ ਉਹ ਜੇ ਵਿੱਚ ਰਲਦਾ ਨਾ ਹੋਵੇ ਅੱਛਾ ਫਿਰ ਕੀ ਕਹਿੰਦੇ ਹੋ ਜਿਹੜਾ ਨਾ ਰਲਦਾ ਹੋਵੇ ਉਹਨੂੰ ਫਿਰ ਕੀ ਕਹਿੰਦੇ ਉਹ ਕਹਿੰਦੇ ਤੜਾ ਲਿਆ ਬੰਦਾ ਤੁਹਾਡੀ ਪਿੱਛੇ ਪਤਾ ਕਿ ਟੈਲੀਵਿਜ਼ਨ ਦੀ ਆਵਾਜ਼ ਆ ਰਹੀ ਹੈ ਤਾਂ ਨਹੀਂ ਤੁਹਾਡੀ ਆਵਾਜ਼ ਸਾਡੇ ਤੱਕ ਪਹੁੰਚ ਰਹੀ ਹੈਲੋ ਪਲੀਜ਼ ਸਵਿਚ ਯੋਰ ਟੈਲੀਵਿਜ਼ਨ ਆਫ ਮੈਂ ਫਲੋਰੈਂਸ ਬੋਲ ਰਹੀ ਹਾਂ ਹਾਂਜੀ ਫਲੋਰੈਂਸ ਜੀ ਪਲੀਜ਼ ਆਪਣਾ ਟੈਲੀਵਿਜ਼ਨ ਦੀ ਆਵਾਜ਼ ਬੰਦ ਕਰੋ ਹੈਲੋ ਹਾਂਜੀ ਤੁਹਾਡੀ ਆਵਾਜ਼ ਸੁਣ ਰਹੇ ਤੁਹਾਡੀ ਆਵਾਜ਼ ਲੇਕਿਨ ਸਾਡੀ ਆਵਾਜ਼ ਤੁਹਾਨੂੰ ਡਿਲੇ ਹੋ ਕੇ ਆਏਗੀ ਟੈਲੀਵਿਜ਼ਨ ਦੀ ਤੁਸੀਂ ਟੈਲੀਵਿਜ਼ਨ ਬੰਦ ਕਰੋ ਫਿਰ ਸਾਡੇ ਨਾਲ ਗੱਲ ਕਰੋ ਟੈਲੀਫੋਨ ਦੇ ਰਾਹੀਂ ਹਾਂਜੀ ਕਾਲ ਡਰੋਪ ਹੋ ਗਿਆ ਦੋਸਤੋ ਮੈਂ ਪਹਿਲਾਂ ਕੀ ਕਹਿ ਕੇ ਹਟੀ ਹਾਂ ਪਲੀਜ਼ ਆਪਣਾ ਟੈਲੀਫੋਨ ਜਦੋਂ ਸਾਨੂੰ ਕਰਦੇ ਹੋ ਟੈਲੀਵਿਜ਼ਨ ਦੀ ਆਵਾਜ਼ ਬੰਦ ਕਰ ਦਿਉ ਜਦੋਂ ਤੁਹਾਡੀ ਕਾਲ ਮਿਲ ਜਾਂਦੀ ਹੈ ਨਾ ਪਹਿਲਾਂ ਨਾ ਕਰੋ ਜਦੋਂ ਤੁਹਾਡੀ ਕਾਲ ਮਿਲ ਜਾਂਦੀ ਹੈ ਤਾਂ ਟੈਲੀਵਿਜ਼ਨ ਦੀ ਸਭ ਤੋਂ ਪਹਿਲਾਂ ਆਵਾਜ਼ ਬੰਦ ਕਰਿਆ ਕਰੋ ਤਾਂ ਕਿ ਅਸੀਂ ਤੁਹਾਡੀ ਆਵਾਜ਼ ਸੁਣ ਸਕੀਏ ਤੁਸੀਂ ਸਾਡੀ ਆਵਾਜ਼ ਸੁਣ ਸਕੋ ਤੁਹਾਨੂੰ ਮੈਂ ਕਿਹਾ ਕਿ ਯੂਟਿਊਬ 'ਤੇ ਤੁਸੀਂ ਜਾਇਆ ਕਰੋ ਯੂਟਿਊਬ 'ਤੇ ਜਾ ਕੇ ਕਾਂਚੀ ਟੀ ਵੀ ਲਿਖੋਗੇ ਜਿਹੜਾ ਵੀ ਪ੍ਰੋਗਰਾਮ ਤੁਸੀਂ ਦੇਖਣਾ ਚਾਹੁੰਦੇ ਹੋ ਨਾ ਉਸ ਪ੍ਰੋਗਰਾਮ ਕੱਲ੍ਹ ਨੂੰ ਆਫਟਰਨੂਨ ਤੋਂ ਬਾਅਦ ਆ ਜਾਏਗਾ ਲੇਕਿਨ ਅਸੀਂ ਵੀ ਹੈਲੋ ਹੈਲੋ ਕਰਦੇ ਰਹਾਂਗੇ ਤੁਸੀਂ ਵੀ ਹੈਲੋ ਹੈਲੋ ਕਰਦੇ ਰਹੋਗੇ ਨਾ ਤੁਹਾਡੀ ਗੱਲ ਹੋਣੀ ਹੈ ਨਾ ਸਾਡੀ ਗੱਲ ਹੋਣੀ ਹੈ ਟਾਈਮ ਜਿਹੜਾ ਖਰਾਬ ਹੋਏਗਾ ਲੈਂਦਾ ਤਾਂ ਕਿ ਜਿਹੜੇ ਸਾਡੇ ਕਾਲਰਸ ਇੰਤਜ਼ਾਰ ਕਰ ਰਹੇ ਹੈ ਐਟਲੀਸਟ ਉਹਨਾਂ ਦੀ ਵੀ ਵਾਰੀ ਆਵੇ ਅਤੇ ਜਿਹੜੇ ਪਹਿਲੀ ਵਾਰੀ ਕਾਲ ਕਰਦੇ ਨੇ ਮੈਨੂੰ ਲੱਗਦਾ ਉਹਨਾਂ ਨੂੰ ਕਈਆਂ ਨੂੰ ਪਤਾ ਨਹੀਂ ਲੱਗਦਾ ਅਤੇ ਜਦੋਂ ਤੁਹਾਡੀ ਕਾਲ ਮਿਲਦੀ ਹੈ ਨਾ ਟੈਲੀਵਿਜ਼ਨ ਦੀ ਆਵਾਜ਼ ਬਿਲਕੁਲ ਤੁਸੀਂ ਬੰਦ ਕਰਕੇ ਹੈਲੋ ਜੀ ਹੈਲੋ ਉਹ ਬੋਲੋ ਪਿਆਰੇ ਹੋ ਹੈਲੋ ਹਾਂਜੀ ਹਾਂਜੀ ਕੌਣ ਜੀ ਕਿੱਥੋਂ ਬੋਲਦੇ ਤੁਸੀਂ ਪਰਸ਼ੀਅਨ ਲੈਂਗੁਏਜ ਫਰੋਮ ਬਰਮਿੰਗਮ ਬਰਮਿੰਗਮ ਤੁਹਾਡਾ ਸਵਾਗਤ ਕਰਦੇ ਹਾਂ ਹਾਂਜੀ ਵਾਟ ਇਜ਼ ਦਾ ਆਨਸਰ ਐਸ ਅ ਪਰਸ਼ੀਅਨ ਓਕੇ ਐਂਡ ਪੰਜ ਦਰਿਆਵਾਂ ਦੀ ਧਰਤੀ ਤੋਂ ਲਾਈਕ ਪੰਜ ਐਂਡ ਆਵ ਪਲੱਸ ਹੋ ਕੇ ਪੰਜਾਬ ਬਣਿਆ ਸੀ ਫੈਂਟੈਸਟਿਕ ਕੈਨ ਯੂ ਸਿੰਗ ਫॉर ਅਸ ਯਾ ਯਾ ਆਫ ਕੋਰਸ ਯੈਸ ਸ਼ੋਰ ਕਮ ਔਨ ਯਾ ਓਕੇ ਸੰਗ ਕੋਰਬੀ ਦਾ ਜੁੱਤੀ ਪਟਿਆਲੇ ਦੀਆਂ ਲਾਹੌਰ ਦੀਆਂ ਵਾਲੀਆਂ ਅੱਖਾਂ ਵਿੱਚ
ਦਿਲ ਗੰਦਾ ਲੋਡਰ ਦੋ ਨਾਲੀਆਂ ਜੁੱਤੀ ਪਟਿਆਲੇ ਦੀਆਂ। ਵੈਰੀ ਗੁੱਡ, ਬਹੁਤ ਵਧੀਆ। ਥੋੜਾ ਜਿਹਾ ਉੱਚਾ ਨਾ ਸੁਰ ਚ ਆਓ। ਪ੍ਰਭਜੋਤ, ਯੂ ਆਰ ਵੈਰੀ ਗੁੱਡ ਸਿੰਗਰ। ਹਾਂ, ਆਵਾਜ਼ ਵਧੀਆ। ਜੇ ਉੱਪਰ ਉੱਪਰਲੀ ਆਵਾਜ਼ ਗਾਉਂਗੇ ਜ਼ਿਆਦਾ ਵਧੀਆ ਲੱਗਣਾ। ਨਹੀਂ, ਉਹ ਮੈਨੂੰ ਲੱਗਦਾ ਟੈਲੀਫੋਨ ਬਹੁਤ ਸਿੰਦਰ ਸਰਤਾਜ ਦਾ ਥੋੜਾ ਜਿਹਾ ਹੋਰ ਗਾ ਦਿੰਦੀ ਉੱਚ ਬੋਲ ਕੇ। ਹਾਂਜੀ, ਹੈਗੇ ਤਾਂ ਵੈਸੇ ਕਈ ਗਾਣੇ ਇਸ ਟਾਈਮ, ਥੋੜਾ ਜਿਹਾ ਦਿਮਾਗ 'ਚ ਨਹੀਂ, ਮੈਨੂੰ ਪਤਾ ਨਹੀਂ ਸੀ ਕਾਲ ਲੱਗ ਜਾਣੀ ਹੈ। ਹਾਂ, ਕਾਲ ਲੱਗ ਗਈ ਬਸ ਤੁਹਾਡੀ। ਇਟਸ ਨਾਈਸ। ਚਲੋ ਮੈਂ ਤੁਹਾਨੂੰ ਇੱਕ ਜੋਕ ਸੁਣਾ ਦਿੰਦੀ ਹਾਂ। ਹਾਂਜੀ, ਥੋੜਾ ਉੱਚੀ ਬੋਲੋ, ਸਾਨੂੰ ਉੱਚੀ ਬੋਲੋ, ਪਤਾ ਲੱਗ ਜਾਂਦਾ। ਓਕੇ, ਜੋਕ ਲਾਈਕ, ਕਿਸੇ ਨੇ ਕਿਹਾ, ਵੋ ਹਮੇ ਜੰਨਤ ਮੇਂ ਟਕਰਾਏ, ਵੋ ਹਮੇ ਜੰਨਤ ਮੇਂ ਟਕਰਾਏ ਔਰ ਹਮਾਰੇ ਮੂੰਹ ਸੇ ਆਵਾਜ਼ ਨਿਕਲੀ, ਫਿੱਟੇ ਮੂੰਹ ਤੇ ਇੱਥੇ ਵੀ ਆ ਗਏ। ਦੈਟਸ ਅ ਗੁੱਡ ਵਨ। ਵਧੀਆ, ਪਿੱਛੇ ਵਿਦੇ ਪਿੱਛੇ ਆ ਗਿਆ। ਥੈਂਕ ਯੂ ਪ੍ਰਭਜੋਤ ਜੀ, ਥੈਂਕ ਯੂ, ਬਹੁਤ ਵਧੀਆ। ਤੁਸੀਂ ਆਪਣੀ ਜਦੋਂ ਟੈਲੀਵਿਜ਼ਨ ਦੀ ਆਵਾਜ਼ ਬੰਦ ਕਰ ਲੈਣਾ ਨਾ, ਤੁਸੀਂ ਆਪਣੀ ਆਵਾਜ਼ ਨੂੰ ਨਾ ਬੰਦ ਕਰੋ, ਆਪਣੀ ਆਵਾਜ਼ ਸਾਡੀ ਟੈਲੀਫੋਨ ਦੇ ਰਾਹੀਂ ਸਾਡੇ ਨਾਲ ਗੱਲ ਕਰੋ, ਤਾਂ ਕਿ ਸਾਨੂੰ ਸੁਣੇ ਤਾਂ ਸਹੀ ਤੁਸੀਂ ਕੀ ਕਹਿਣਾ ਚਾਹ ਰਹੇ ਹੋ। ਸੁਣਿਓ, ਤੁਹਾਡੀ ਸਭ ਦੀਆਂ ਆਵਾਜ਼ਾਂ ਬੜੀਆਂ ਖੂਬਸੂਰਤ ਹੈ, ਸਿਰਫ ਤੁਸੀਂ ਸਾਡੀਆਂ ਆਵਾਜ਼ਾਂ ਸੁਣੀ ਜਾਂਦੇ ਹੋ, ਲੇਕਿਨ ਆਪਣੀ ਆਵਾਜ਼ ਵੀ ਸਾਨੂੰ ਸੁਣਾਓ। ਜਦੋਂ ਤੁਹਾਡੀ ਕਾਲ ਮਿਲ ਜਾਂਦੀ ਹੈ ਤਾਂ ਆਵਾਜ਼ ਬੰਦ ਕਰਕੇ ਟੈਲੀਵਿਜ਼ਨ ਦੀ, ਤਾਂ ਸਾਡੇ ਨਾਲ ਤੁਸੀਂ ਗੱਲ ਕਰ ਸਕਦੇ ਹੋ। ਹਾਂਜੀ ਹਾਂਜੀ, ਅੱਜ ਤਾਂ ਤੁਹਾਡੇ ਸੂਟ ਦੀ ਗੱਲ ਹੈ, ਦੇਖ ਲਓ ਸਾਰੀ, ਮਤਲਬ ਤੁਸੀਂ ਮਤਲਬ ਕਿ ਜ਼ਿੰਦਗੀ 'ਚ ਤਿਆਰ ਹੋ ਕੇ ਰਿਹਾ ਕਰੋ। ਮੈਂ ਤਾਂ ਮਾਡਲ ਹੀ ਬਣ ਗਿਆ, ਲੋਕੀ ਇਹ ਨਾ ਕਹਿਣਾ ਵੀ ਸੂਟ ਕਿੱਥੋਂ ਲਿਆ, ਮੰਗ ਕੇ ਤਾਂ ਨਹੀਂ ਲਿਆਏ। ਆ ਉਹੀ ਮੈਂ ਸੂਟ ਮੰਗ ਕੇ ਪਾਇਆ ਤੇ ਉਹ ਸਭ ਨੂੰ ਕਵੇ ਆ ਜਾਓ ਜੀ, ਆ ਜਾਓ ਘੋੜੀ ਤੇ ਮੁੰਡਾ ਦੇਖੋ, ਸੂਟ ਦੀ ਗੱਲ ਸਿਰਫ ਘੋੜੀ ਦੇਖੋ, ਮੁੰਡਾ ਦੇਖੋ, ਕਿਉਂਕਿ ਮੁੰਡੇ ਨੇ ਕਿਹਾ ਮੈਂ ਸੂਟ ਦਾ ਨਹੀਂ ਦੱਸਣਾ ਚਾਹੀਦਾ, ਦੱਸੀ ਨਾ ਕਿਸੇ ਨੂੰ ਤੇਰਾ ਸੂਟ। ਠੀਕ ਬੋਲ ਰਹੇ ਕੀ ਜਵਾਬ ਲੈ ਕੇ ਆਏ ਬਿੱਟੂ ਜੀ? ਹਾਂਜੀ, ਇਹ ਕੁਐਸਚਨ ਸੀਗਾ ਤੁਹਾਡਾ ਫਾਰਸੀ ਦਾ ਲਫ਼ਜ਼ ਹੈ ਜੀ, ਫਾਰਸੀ। ਅੱਛਾ ਜੀ, ਹਾਂਜੀ, ਤੇ ਪੰਜਾਬ ਫਾਰਸੀ ਦਾ ਲਫ਼ਜ਼ ਹੈ। ਠੀਕ ਜੀ, ਗੀਤ ਕਿਹੜਾ ਲੈ ਕੇ ਆਏ ਹੋ? ਮੈਂ ਲਿਖਿਆ ਜੀ ਆਪਣੇ ਹੁੰਦੇ, ਮੇਰੇ ਲਿਖਦੇ ਆ, ਲਿਖਦਾ ਮੈਂ ਰਾਈਟਰ। ਹਾਂਜੀ, ਦੋ ਲਾਈਨਾਂ ਸੁਣਾ ਦੇ, ਦੋ ਲਾਈਨਾਂ ਸੁਣਾ ਦੇ ਪਲੀਜ਼। ਅੱਖਿਓ ਨਾ ਤੱਕਿਓ ਰਾਮ ਨੂੰ, ਜਿਹੜੇ ਚਲੇ ਗਏ ਉਹਨਾਂ ਆਉਣਾ ਨਹੀਂ, ਟਿਪ ਟਿਪ ਡਿੱਗਦੇ ਹੰਝੂਆਂ ਦਾ, ਹਾਏ ਮੁੱਲ ਕਿਸੇ ਨੇ ਪਾਉਣਾ ਨਹੀਂ, ਅੱਖੀਓ ਨਾ ਤੱਕਿਓ ਰਾਮਾ ਨੂੰ, ਜਿਹੜੇ ਚਲੇ ਗਏ ਉਹਨਾਂ ਆਉਣਾ ਨਹੀਂ, ਅੱਖੀਓ ਨਾ ਤੱਕਿਓ ਰਾਮਾ ਨੂੰ, ਜਿਹੜੇ ਚਲੇ ਗਏ ਉਹਨਾਂ ਆਉਣਾ ਨਹੀਂ, ਜਾਣ ਵਾਲੇ ਤਾਂ ਤੁਰ ਗਏ ਸਾਡੇ ਨਾਲ ਕਿੰਨੇ ਸਵਾਲ ਜੁੜੇ, ਗੱਲ ਕਰਕੇ ਪੈਂਦੇ ਲੰਬਿਆਂ ਦੀ, ਕੁਝ ਕਦਮ ਨਾ ਬਿੱਟੂ ਨਾਲ ਤੁਰੇ, ਇੱਥੇ ਵਾਦਾ ਕਰਕੇ ਉਮਰਾਂ ਦਾ, ਕਿਸੇ ਪਲ ਦਾ ਸਾਥ ਨਿਭਾਉਣਾ ਨਹੀਂ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਵਧੀਆ। ਦੋਸਤੋ, ਸਾਡਾ ਵਕਤ ਹੋ ਗਿਆ ਹੁਣ ਜਾਣ ਦਾ। ਜੋ ਪੰਜਾਬ ਦਾ ਲਫ਼ਜ਼ ਫਾਰਸੀ ਭਾਸ਼ਾ ਤੋਂ ਲਿੱਤਾ ਗਿਆ, ਔਰ ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਕੱਲ੍ਹ ਨੂੰ, ਅੱਜ ਬੜੇ ਸੈਡ ਗੀਤ ਕਈ ਲੈ ਕੇ ਆਏ ਸੀ, ਕੱਲ੍ਹ ਨੂੰ ਜਿਹੜਾ ਸਾਡਾ ਪ੍ਰੋਗਰਾਮ ਹੈ ਨਾ, ਆਪਣੇ ਸਿਤਾਰੇ ਪ੍ਰੋਗਰਾਮ, ਉਹਦੇ ਵਿੱਚ ਸਾਡੇ ਜੋ ਸਿੰਗਰ ਆ ਰਹੀ ਹੈ ਨਾ, ਉਹਨਾਂ ਨੇ ਰੇਸ਼ਮਾ ਜੀ ਦੇ ਗੀਤ ਸੁਣਾਉਣੇ ਹੈ, ਲੰਬੀ ਜੁਦਾਈ, ਇਸ ਤਰ੍ਹਾਂ ਦੇ ਗੀਤ ਸੁਣਾਉਣੇ। ਸੋ ਕੱਲ੍ਹ ਨੂੰ ਪ੍ਰੋਗਰਾਮ ਦੇਖਣਾ, ਆਪਣੇ ਸਿਤਾਰੇ ਪ੍ਰੋਗਰਾਮ। ਕਹੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਲਓ ਦੋਸਤੋ, ਆਪਣਾ ਖਿਆਲ ਰੱਖਣਾ, ਕਿਸੇ ਦਾ ਵੀ ਖਿਆਲ ਰੱਖਣਾ, ਕਿਸੇ ਦਾ ਖਿਆਲ ਰੱਖੋਗੇ ਨਾ, ਉੱਪਰ ਵਾਲਾ ਤੁਹਾਡਾ ਖਿਆਲ ਰੱਖੇਗਾ। ਇਸੇ ਦੇ ਨਾਲ ਜਗਦੀਪ ਅਤੇ ਹਰਜਿੰਦਰ ਜੀ ਨੂੰ ਆਗਿਆ ਦਿਓ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਜੈ ਗੁਰਦੇਵ,
ਕੱਲ੍ਹ ਨੂੰ ਮਿਲਦੇ ਹਾਂ ਪੂਰੇ 8 ਵਜੇ ਚੈਨਲ 77